ਗੱਲ ਆਪਾਂ ਕੈਨੇਡਾ ਸਟੱਡੀ ਵੀਜ਼ਾ ਦੀ ਕਰਾਂਗੇ, ਪਰ ਨਾਲ ਦੀ ਨਾਲ ਅਗਰ ਆਪਾਂ ਪ੍ਰੋਫਾਈਲ ਵਾਈਜ਼ ਗੱਲ ਕਰੀਏ, ਅਗਰ ਕੋਈ ਸਟੂਡੈਂਟ ਹੈ, ਪਲੱਸ ਟੂ ਕੀਤੀ ਹੋਈ ਹੈ, 5.5 ਬੈਂਡ ਨੇ, ਜਾਂ ਫਿਰ ਗ੍ਰੈਜੂਏਸ਼ਨ ਦਾ ਕੋਈ ਸਟੂਡੈਂਟ ਹੈ, ਤਾਂ ਪੀਆਰ ਦਾ ਪ੍ਰੋਸੈਸ ਉਹਨਾਂ ਲਈ ਕਿਵੇਂ ਦਾ ਹੋ ਸਕਦਾ ਹੈ? ਕੀ ਕੋਈ ਆਪਸ਼ਨ ਹੈ ਜੋ ਉਹਨਾਂ ਨੂੰ ਕੋਈ ਵਧੀਆ ਰਸਤਾ ਦਿਖਾ ਸਕਦੀ ਹੈ? ਕੋਈ ਖਾਸ ਜਾਣਕਾਰੀ ਸੀ ਇਹਦੇ ਉੱਪਰ ਅਸੀਂ ਬਹੁਤ ਹੀ ਖਾਸ ਨੂੰ ਵੀ ਖਾਸ ਸਮਝ ਸਕਦੇ ਹੋ, ਕਿਉਂਕਿ ਸਟੂਡੈਂਟ ਦਾ ਸੁਪਨਾ ਹੀ ਹੁੰਦਾ ਕਿ ਅਸੀਂ ਸਟੱਡੀ ਵੀਜ਼ਾ 'ਤੇ ਜਾਈਏ, ਸਾਨੂੰ ਪੀਆਰ ਦੇ ਲਈ ਵੀ ਚੰਗੀ ਆਪਸ਼ਨ ਜ਼ਰੂਰ ਮਿਲ ਜਾਏ, ਤਾਂ ਉਸੇ ਦੇ ਉੱਪਰ ਅੱਜ ਦੀ ਵੀਡੀਓ ਰਹਿਣ ਵਾਲੀ ਹੈ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ। ਡਿਟੇਲ ਵਿੱਚ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਮੈਮ, ਜ਼ਰੂਰ ਇਸ ਟੋਪਿਕ ਨੂੰ ਤੁਹਾਡੇ ਤੋਂ ਹੀ ਪੂਰਾ ਡਿਟੇਲ ਵਿੱਚ ਸਮਝਣਾ ਚਾਹਾਂਗੇ। ਕੋਈ ਸਟੂਡੈਂਟ ਹੈ ਪਲੱਸ ਟੂ ਦਾ, ਚਾਹੇ ਗ੍ਰੈਜੂਏਸ਼ਨ ਦਾ, 5.5 ਬੈਂਡ ਨੇ, ਪੀਆਰ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਪਸ਼ਨਸ ਉਹਨਾਂ ਲਈ ਤੁਹਾਡੇ ਵੱਲੋਂ ਦਿੱਤੀਆਂ ਜਾ ਸਕਦੀਆਂ? ਹਰਜੋਤ, ਇੱਕ ਬੱਚਾ ਜਦੋਂ ਪੜ੍ਹਨ ਜਾਂਦਾ ਤਾਂ ਬਹੁਤ ਹੈਵੀ ਖਰਚੇ ਦੇ ਨੀਚੇ ਆ ਜਾਂਦਾ, ਔਰ ਉਹਨੂੰ ਇਹ ਨਹੀਂ ਪਤਾ ਹੁੰਦਾ ਪੀਆਰ ਉਹਦੀ ਕਦ ਤੱਕ ਹੋਏਗੀ, ਅਤੇ ਨੈਵੀਗੇਟਰ ਕੋਲ ਬਹੁਤ ਅੱਛਾ ਸੁਨਹਿਰੀ ਮੌਕਾ ਹੈ। ਜਿਹੜੇ ਸਟੂਡੈਂਟਸ ਨੂੰ 12th ਕੀਤੀ ਹੋਈ ਹੈ, 12th ਕੀਤੀ ਹੋਈ ਹੈ, ਆਇਲਟਸ 'ਤੇ 5.5 ਬੈਂਡ ਜਨਰਲ 'ਚ ਹੈ, 2 ਤੋਂ 3 ਸਾਲ ਦਾ ਕੋਈ ਮਰਜ਼ੀ ਐਕਸਪੀਰੀਅੰਸ ਹੈ, ਉਹ ਸਟੂਡੈਂਟਸ ਸਿੱਧਾ ਹੀ 8 ਮੰਥਸ ਦੇ ਅੰਦਰ PR ਲੈ ਕੇ ਜਾ ਸਕਦੇ ਆ। ਬਟ ਉਹਨਾਂ ਦੀ ਐਲੀਜੀਬਿਲਟੀ ਜਿਹੜੀ ਮੈਂ ਦੱਸੀ ਹੈ ਇਹ ਹੋਣੀ ਚਾਹੀਦੀ ਹੈ, +2 ਹੋਣੀ ਚਾਹੀਦੀ ਹੈ, ਆਇਲਟਸ 5.5 ਜਨਰਲ 'ਚ, ਨੋਟ ਲੈਸ ਦੈਨ ਵਾਲਾ ਕੋਈ ਚੱਕਰ ਨਹੀਂ ਹੈ, ਲੇਕਿਨ ਜਨਰਲ 'ਚ 5.5 ਬੈਂਡ, ਔਰ 2 ਤੋਂ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਇਹ ਜ਼ਰੂਰੀ ਹੈ। ਅਤੇ ਇਹਦੇ ਨਾਲ ਜਿਹੜੇ ਆ ਸਟੈਪ ਬਾਈ ਸਟੈਪ ਉਹਨਾਂ ਦੀ ਜਿਹੜੀ ਹੈ PR ਦਾ ਪ੍ਰੋਸੈਸ ਹੈ, ਆਲਮੋਸਟ 8 ਮੰਥਸ ਦਾ ਪ੍ਰੋਸੈਸ ਹੈ। ਤੁਸੀਂ ਦੇਖੋ ਕਿ ਸਟੱਡੀ ਵੀਜ਼ਾ ਦੇ ਵਿੱਚ 5.5 ਬੈਂਡ ਵਾਲਾ ਬੱਚਾ ਐਲੀਜੀਬਲ ਨਹੀਂ ਹੋ ਸਕਦਾ, 2 ਤੋਂ 3 ਸਾਲ ਦਾ ਗੈਪ ਹੋਏ ਫਿਰ ਵੀ ਇੱਕ ਡਾਊਟ ਬਣਿਆ ਰਹਿੰਦਾ। ਇਹਦੇ ਵਿੱਚ ਸਾਨੂੰ ਪਰਸੈਂਟੇਜ, ਸਬਜੈਕਟਸ ਇਹਦਾ ਕੋਈ ਵੀ ਪ੍ਰੋਬਲਮ ਨਹੀਂ ਹੈ, ਕੋਈ ਵੀ ਬੱਚਾ ਇਸ ਪ੍ਰੋਗਰਾਮ ਦੇ ਅੰਡਰ ਅਪਲਾਈ ਕਰ ਸਕਦਾ। ਹੁਣ ਜਾਂ ਗ੍ਰੈਜੂਏਸ਼ਨ ਵਾਲਾ ਬੱਚਾ ਉਹਨੂੰ ਥੋੜ੍ਹੀ ਅੱਛੀ ਕੈਟਾਗਰੀ ਦੀ ਮਤਲਬ ਉਹਦੇ ਵਿੱਚ ਹੋ ਜਾਂਦਾ, ਉਹਦੇ ਵਿੱਚ 6 ਬੈਂਡ ਈਚ ਚਾਹੀਦੇ ਹੈ, ਐਕਸਪੀਰੀਅੰਸ ਹੋਈ 2 ਤੋਂ 3 ਈਅਰਸ ਦਾ ਸਾਨੂੰ ਚਾਹੀਦਾ, ਐਂਡ 6 ਬੈਂਡ ਈਚ ਜਨਰਲ ਦੇ ਵਿੱਚ, IT ਪ੍ਰੋਗਰਾਮ ਦੇ ਵਿੱਚ ਹੋਏ ਤਾਂ ਬਹੁਤ ਅੱਛਾ ਹੈ, BCA, BSc, IT ਜਾਂ IT ਤੋਂ ਰਿਲੇਟਡ ਕੋਈ ਮਰਜ਼ੀ ਪ੍ਰੋਗਰਾਮ ਹੋਏ, ਅਤੇ ਇਹਦੇ ਵਿੱਚ ਜਿਹੜੇ ਕੈਂਡੀਡੇਟਸ ਹੈ, ਜਾਂ ਫਿਰ ਬਿਜ਼ਨਸ ਦਾ ਹੋਏ, ਅਕਾਊਂਟਿੰਗ ਦਾ ਹੋਏ, ਉਹ ਵੀ ਸਟੂਡੈਂਟਸ ਅਪਲਾਈ ਕਰ ਸਕਦੇ ਆ, ਕੈਂਡੀਡੇਟਸ ਮਤਲਬ। ਅਤੇ ਇਹ ਜਿਹੜਾ ਇੱਕ ਪ੍ਰੋਗਰਾਮ ਹੈ, ਇਹ ਬੜਾ ਲੁਭਾਵਨਾ ਪ੍ਰੋਗਰਾਮ ਹੈ, ਜਿਹੜਾ ਕਿ ਤੁਹਾਨੂੰ ਇਹ ਵਾਲੇ ਜਿਹੜੇ ਗ੍ਰੈਜੂਏਸ਼ਨ ਵਾਲੇ ਆ ਇਹਨਾਂ ਦਾ ਕੋਈ 6-7 ਮਹੀਨੇ ਦਾ ਪ੍ਰੋਸੈਸ ਹੈ, ਅਤੇ ਅੰਡਰ ਗ੍ਰੈਡ ਦਾ ਕੋਈ 8 ਮਹੀਨੇ ਦਾ, ਔਰ ਪੋਸਟ ਗ੍ਰੈਡ ਵਾਲਿਆਂ ਦਾ ਗ੍ਰੈਜੂਏਸ਼ਨ ਵਾਲਿਆਂ ਦਾ ਕੋਈ 6-7 ਮੰਥਸ ਦਾ ਪ੍ਰੋਸੈਸ ਹੈ, ਹੋਲ ਪ੍ਰੋਸੈਸ, ਜਿਹਦੇ ਵਿੱਚੋਂ ਕੈਂਡੀਡੇਟ ਇੱਥੋਂ ਹੀ PR ਲੈ ਕੇ ਜਾ ਸਕਦੇ ਆ। ਔਰ ਕਿਉਂਕਿ ਜਦ ਇੱਥੋਂ PR ਲੈ ਕੇ ਜਾ ਰਹੇ ਤਾਂ ਉੱਥੇ ਜਾ ਕੇ ਤਾਂ ਖਾਲੀ ਉਹਨਾਂ ਨੇ ਆਪਣੇ ਜੋ ਵੀ ਸੈਟਲਮੈਂਟ ਕਰਨੀ ਹੈ, ਜੋਬ ਕਰਨੀ ਹੈ, ਵਟ ਐਵਰ ਦੇ ਵਾਂਟ ਟੂ ਡੂ ਦੇ ਕੈਨ ਡੂ, ਕਿਉਂਕਿ ਇਹਦਾ ਜਿਹੜਾ ਪ੍ਰੋਗਰਾਮ ਥੋੜ੍ਹਾ ਟੈਕਨੀਕਲ ਹੁੰਦਾ। ਪੂਰੀ ਇਨਫੋਰਮੇਸ਼ਨ ਵਾਸਤੇ ਇਹ ਸਾਡੇ ਆਫਿਸ 'ਚ ਕਾਲ ਕਰ ਸਕਦੇ, ਐਨੀ ਟਾਈਮ ਵੀ ਆਰ ਹੈਪੀ ਟੂ ਗਿਵ ਦੈਮ ਮੋਰ ਇਨਫੋਰਮੇਸ਼ਨ। ਠੀਕ ਹੈ ਮੈਮ, ਥੋੜ੍ਹਾ ਜਿਹਾ ਇਸ 'ਤੇ ਵੀ ਦੱਸਣਾ, ਕੋਈ ਕੋਈ ਏਜ ਲਿਮਿਟ ਦਾ ਵੀ ਇਸ ਦੇ ਵਿੱਚ ਹੈ ਕਿ ਇਸ ਏਜ ਤੱਕ ਹੀ ਅਪਲਾਈ ਕੀਤਾ ਜਾ ਸਕਦਾ, ਜਾਂ ਫਿਰ ਓਪਨ ਹੀ ਹੈ ਇਸ ਦੇ ਲਈ ਲਿਮਿਟਸ? ਏਜ ਦਾ ਕੋਈ ਇੰਨਾ ਲੰਬਾ ਚੌੜਾ ਚੱਕਰ ਨਹੀਂ ਹੁੰਦਾ, ਪਰ ਕੋਸ਼ਿਸ਼ ਇਹ ਹੁੰਦੀ ਹੈ ਸਾਡੀ ਕਿ ਏਜ ਜਦ ਥੋੜ੍ਹੀ ਘੱਟ ਹੋਏ ਤਾਂ ਨੈਚੁਰਲ ਹੈ ਇਹਨਾਂ ਦੇ ਪੁਆਇੰਟ ਜ਼ਿਆਦਾ ਹੋ ਜਾਂਦੇ, ਜਿੰਨੀ ਜ਼ਿਆਦਾ ਏਜ ਹੋਏ, ਪਰ 40 ਈਅਰਸ ਤੱਕ ਸਾਨੂੰ ਕੋਈ ਇੰਨੀ ਟੈਨਸ਼ਨ ਨਹੀਂ ਹੁੰਦੀ ਹੈ, 40 ਸਾਲ ਤੱਕ ਕੋਈ ਮਰਜ਼ੀ ਅਪਲਾਈ ਕਰ ਸਕਦਾ। ਉਹਦੇ ਵਿੱਚ ਇਹ ਹੋ ਜਾਂਦਾ ਕਿ ਜੇ ਇਹ ਜ਼ਿਆਦਾ ਹੈ ਤਾਂ ਆਇਲਸ ਦਾ ਕੋਈ 0.5 ਬੈਂਡ
ਸਾਨੂੰ ਹੋ ਸਕਦਾ ਜ਼ਿਆਦਾ ਚਾਹੀਦਾ ਹੋਏ, ਬਾਕੀ ਜਦ ਕੈਲਕੂਲੇਟ ਕਰਦੇ ਹਾਂ ਉਹਦੇ ਉੱਪਰ ਡਿਪੈਂਡ ਕਰਦਾ ਕਿੰਨਾ ਬਣ ਰਿਹਾ ਇਹਨਾਂ ਦਾ, ਕਿਉਂਕਿ ਇਹ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਆਫਿਸ ਤੋਂ ਹੀ ਡਿਟੇਲਸ ਮਿਲਦੀ ਹੈ, ਕਿਉਂਕਿ ਇਹ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉੱਪਰ ਦਾ ਅਸੀਂ ਸਾਰਾ ਦੱਸਦਾ, ਬਾਕੀ ਟੈਕਨੀਕਲ ਪੁਆਇੰਟਸ ਹੈ ਉਹ ਜਦ ਪ੍ਰੋਫਾਈਲ ਅਸੀਂ ਅਸੈਸ ਕਰਦੇ ਹਾਂ ਉਹਦੇ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਇਹਨਾਂ ਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਇਸ ਪ੍ਰੋਗਰਾਮ ਬਾਰੇ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਡਿਟੇਲ ਦੇ ਵਿੱਚ ਕਿ ਕੀ ਤੁਸੀਂ ਇਲੀਜੀਬਲ ਹੋ, ਅਪਲਾਈ ਕਰ ਸਕਦੇ ਹੋ, ਜੇਕਰ ਅਪਲਾਈ ਕਰ ਸਕਦੇ ਹੋ ਤਾਂ ਕਿਹੜੇ ਕਿਹੜੇ ਡਾਕੂਮੈਂਟਸ ਦੀ ਕਿਸ ਤਰ੍ਹਾਂ ਦੇ ਪ੍ਰੋਸੈਸ ਨੂੰ ਕੰਪਲੀਟ ਕਰਨ ਦੀ ਜ਼ਰੂਰਤ ਹੈ, ਤਾਂ ਉਸਦੇ ਲਈ ਤੁਸੀਂ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਹੈ ਇਸ ਉੱਪਰ ਕਾਲ ਕਰੋ, ਪੂਰੀ ਜਾਣਕਾਰੀ ਲਓ, ਸਭ ਤੋਂ ਚੰਗਾ ਹੋਏਗਾ ਜੇਕਰ, ਕਿਉਂਕਿ ਖਾਸ ਤਰ੍ਹਾਂ ਦਾ ਪ੍ਰੋਗਰਾਮ ਹੈ, ਡਿਟੇਲ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਜ਼ਰੂਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵਿਜ਼ਿਟ ਕਰੋ, ਤਾਂ ਕਿ ਬੈਠ ਕੇ ਪੂਰੇ ਧਿਆਨ ਨਾਲ ਚੀਜ਼ਾਂ ਨੂੰ ਸਮਝਦੇ ਹੋਏ ਤੁਹਾਡੇ ਵੀ ਮਨ ਵਿੱਚ ਕਈ ਸਵਾਲ ਹੋਣ, ਉਹਨਾਂ ਦੇ ਜਵਾਬ ਲੈ ਕੇ ਤੁਸੀਂ ਆਪਣਾ ਡਿਸੀਜ਼ਨ ਲੈ ਸਕੋ ਅੱਗੇ ਵਧਣ ਲਈ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਥੈਂਕਸ ਮੈਮ, ਇਹ ਖਾਸ ਤਰ੍ਹਾਂ ਦੇ ਪ੍ਰੋਗਰਾਮ ਬਾਰੇ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ, ਔਰ ਕਈਆਂ ਨੂੰ ਇਸ ਪ੍ਰੋਗਰਾਮ ਦੇ ਨਾਲ ਫਾਇਦਾ ਜ਼ਰੂਰ ਮਿਲ ਸਕਦਾ ਹੈ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।